ਤੈਨੂੰ ਰਸ ਨਹੀਂ ਆਇਆ ਗੁਰੂ ਕਿਰਪਾ ਕਰੇ ਕੈਸਾ ਰਸ ਬਣਿਆ ਸੀ ਆਓ ਮੈਂ ਤੁਹਾਡੀ ਸੇਵਾ ਵਿੱਚ ਦਮਦਮੀ ਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦਾ ਪ੍ਰਸੰਗ ਤੁਹਾਡੀ ਸੇਵਾ ਵਿੱਚ ਰੱਖਣ ਲੱਗਾ ਇੱਕ ਦੋ ਕਵਿਤਾ ਜਿੰਨੀ ਵੀ ਵਨਗੀ ਮਾਤਰ ਇਤਿਹਾਸ ਦੇ ਵਿੱਚੋਂ ਕਹਿਣ ਦਾ ਮੈਂ ਯਤਨ ਕਰੂੰਗਾ ਬਾਬਾ ਦੀਪ ਸਿੰਘ ਦਾ ਜਿਹੜਾ ਜੀਵਨ 17 ਕੁ ਵਰੇ ਦੀ ਉਮਰ ਹੋਈ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਇਆ ਗੁਰੂ ਗੋਬਿੰਦ ਸਿੰਘ ਨੇ ਹੋਲੇ ਮੱਲੇ ਦੇ ਕੱਟ ਤੇ ਸੰਗਤਾਂ ਨੂੰ ਬੁਲਾਇਆ ਮਾਝੇ ਮਾਲਵੇ ਦੁਆਬੇ ਚੋਂ ਹੁੰਮ ਹੁਮਾ ਕੇ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਐਲਾਨ ਕੀਤਾ ਵੀ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਕੱਲ੍ਹ ਨੂੰ ਅਸੀਂ ਅੰਮ੍ਰਿਤ ਵਿੱਚ ਆਪ ਲੱਗਾਂਗੇ ਜਿਨ੍ਹਾਂ ਅੰਮ੍ਰਿਤ ਛਕਣਾ ਉਹ ਨਾਂ ਲਿਖਾਓ ਬਾਬਾ ਦੀਪ ਸਿੰਘ ਤੇ ਭਾਈ ਨੋਹ ਸਿੰਘ ਇੱਕ ਚੀਚੇ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਨੋਧਾ ਸੀ ਇੱਕ ਪਹੁ ਪਿੰਡ ਦੇ ਰਹਿਣ ਵਾਲਾ ਸੀ ਜਿਹਦਾ ਨਾਂ ਸੀ ਦੀਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸਤ ਕਮਲਾ ਤੋਂ ਅੰਮ੍ਰਿਤ ਛਕਿਆ ਦੀਪੇ ਦਾ ਨਾਮ ਸਤਿਗੁਰਾਂ ਨੇ ਦੀਪ ਸਿੰਘ ਰੱਖਤਾ ਨੋਧੇ ਦਾ ਨਾਂ ਸਤਿਗੁਰਾਂ ਨੇ ਨੋਹ ਸਿੰਘ ਰੱਖ ਦਿੱਤਾ ਪਹਿਲਾਂ ਦੀਪਾ ਫਿਰ ਦੀਪ ਸਿੰਘ ਫਿਰ ਭਾਈ ਦੀਪ ਸਿੰਘ ਫਿਰ ਬਾਬਾ ਦੀਪ ਸਿੰਘ ਜੀ ਆਂਦੇ ਇੰਨੀ ਸੇਵਾ ਇੰਨੀ ਡਿਗਰੀਆਂ ਲੈ ਕੇ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ ਇੱਕ ਦਿਨ ਬਾਬਾ ਦੀਪ ਸਿੰਘ ਜੀ ਲੰਗਰ ਵਿੱਚ ਜੂਠੇ ਭਾਂਡੇ ਮਾਂਜ ਰਹੇ ਸੀ ਤੇ ਇੱਕ ਸਰਬਲੋਧ ਦੇ ਬਾਟੇ ਨੂੰ ਵਾਰ ਵਾਰ ਉਹ ਮਾਂਜੀ ਜਾ ਰਹੇ ਸੀ ਵਾਰ ਵਾਰ ਉਹਨੂੰ ਨਹੀਂ ਸੀ ਪਤਾ ਵੀ ਮੇਰੇ ਪਿੱਛੇ ਕਲਗੀਆਂ ਵਾਲੇ ਪਾਤਸ਼ਾਹ ਖਲੋਤੇ ਆ ਜਦੋਂ 5-7 ਵਾਰ ਬਾਟੇ ਨੂੰ ਬਾਬਾ ਦੀਪ ਸਿੰਘ ਨੇ ਮਾਂਜਿਆ ਨਾ ਤੇ ਸਤਿਗੁਰੂ ਕਹਿਣ ਲੱਗੇ ਉਹ ਦੀਪ ਸਿੰਘਾ ਬਾਟਾ ਮਾਂਜਦਾ ਬਾਟਾ ਆਂਦਾ ਨਹੀਂ ਜੀ ਬਾਟਾ ਤਾਂ ਪਹਿਲੀ ਵਾਰ ਹੀ ਮਾਂਜਿਆ ਗਿਆ ਸੀ ਫਿਰ ਹੁਣ ਤੂੰ ਕੀ ਮਾਂਜਦਾ ਆਂਦਾ ਸਤਿਗੁਰੂ ਜੀ ਹੁਣ ਤੇ ਆਪਣਾ ਮੈਂ ਮਨ ਮਾਂਜਦਾ ਮਨ ਉਹ ਦੀਪ ਸਿੰਘਾ ਤੈਨੂੰ ਕਿਤਨਾ ਪਤਾ ਲੱਗੂ ਤੇਰਾ ਮਨ ਮਾਂਜਿਆ ਗਿਆ ਆਂਦਾ ਮਹਾਰਾਜ ਜਦੋਂ ਮੈਂ ਇਸ ਬਾਟੇ ਨੂੰ ਵਾਰ ਵਾਰ ਲਿਸ਼ਕਾ ਕੇ ਵੇਹਨਾ ਨਾ ਇਹਦੇ ਵਿੱਚ ਤਸਵੀਰ ਮੈਨੂੰ ਆਪਣੀ ਨਜ਼ਰ ਆਉਂਦੀ ਆ ਤੇ ਮੈਂ ਨਾ ਵੀ ਤੇਰੇ ਅੰਦਰ ਜੇ ਹੋਮੇ ਹੈਗੀ ਆ ਮਹਾਰਾਜ ਜਿੱਦਣ ਇਸ ਬਾਟੇ ਵਿੱਚੋਂ ਤੁਹਾਡੀ ਤਸਵੀਰ ਨਜ਼ਰ ਆਏਗੀ ਮੈਂ ਸਮਝੂਗਾ ਮੇਰੀ ਸੇਵਾ ਮੁਕੰਮਲ ਹੋ ਗਈ ਆ ਸਤਿਗੁਰ ਨੇ ਚੋਕੇ ਛਾਤੀ ਨਾਲ ਲਾਇਆ ਆਖਿਆ ਧੰਨ ਸਿੱਖੀ ਵਾਹ ਉਹ ਦੀਪ ਸਿੰਘਾ ਪੁੱਤਰਾ ਜੋ ਤੂੰ ਮੰਗੇ ਮੈਂ ਤੈਨੂੰ ਉਹ ਕੁਝ ਅੱਜ ਦੇ ਦੇਣਾ ਸਿੱਖੋ ਮੰਗਣਾ ਵੀ ਸਾਰਣ ਨਹੀਂ ਆਉਂਦਾ ਆਂਦਾ ਮਹਾਰਾਜ ਜੇ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਜਿਹੜਾ ਮੇਰਾ ਅੰਤ ਸਮਾਂ ਹੋਏ ਨਾ ਇਹ ਧਰਮ ਯੁੱਧ ਦੇ ਵਿੱਚ ਹੋਵੇ ਇਹ ਵਰ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਮੰਗ ਕੇ ਲਿਆ ਸੀ ਬਾਬਾ ਦੀਪ ਸਿੰਘ ਜੀ ਕਲਗੀਆਂ ਵਾਲੇ ਪਾਤਸ਼ਾਹ ਸੇਵਾ ਦਮਦਮਾ ਸਾਹਿਬ ਦੀ ਸੌਂਪ ਕੇ ਆਪ ਦੱਖਣ ਦੇਣ ਨੂੰ ਤੁਰ ਗਏ ਬਾਬਾ ਦੀਪ ਸਿੰਘ ਜੀ ਬੀੜਾ ਲਿਖ ਰਹੇ ਸਨ ਕੋਈ ਗੁਰੂ ਨਾਨਕ ਲੇਵਾ ਸਿੱਖ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚਿਆ ਫਤਿਹ ਬੁਲਾਈ ਤੇ ਕਹਿਣ ਲੱਗੇ ਬਾਬਾ ਜੀ ਜਿਹੜੀਆਂ ਬੀੜਾ ਆਪ ਲਿਖ ਰਹੇ ਜੇ ਇਹਨਾਂ ਦਾ ਜਿੱਥੇ ਪ੍ਰਕਾਸ਼ ਕਰਨਾ ਉਹ ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਾਬਾ ਜੀ ਨੇ ਕਲਮ ਉੱਥੇ ਰੱਖ ਦਿੱਤੀ ਉਹ ਕੀ ਖਬਰ ਲੈ ਕੇ ਆਇਆ ਹਰਿਮੰਦਰ ਸਾਹਿਬ ਨੂੰ ਢਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਾਬਾ ਦੀਪ ਸਿੰਘ ਦੀਆਂ ਅੱਖਾਂ ਵਿੱਚ ਖੂਨ ਆਇਆ ਟੌਲੇ ਫੜਕੇ ਬਾਬਾ ਜੀ ਜੇ ਚੰਦਰਾਂ ਤੱਕ ਖਾਲਸਾ ਨਾ ਪਹੁੰਚਾ ਤੇਰੇ ਗੁਰੂ ਦਾ ਮੰਦਰ ਢਾਹ ਢੇਰੀ ਕੀਤਾ ਜਾਏਗਾ ਬਾਬਾ ਦੀਪ ਸਿੰਘ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਹੇ ਪੰਥ ਦਿਆ ਮਾਲਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਨਾ ਚਿਰ ਮੈਂ ਦੁਸ਼ਮਣ ਦੇ ਝੰਡੇ ਅੰਮ੍ਰਿਤਸਰ ਦੀ ਧਰਤੀ ਤੋਂ ਟੁੱਟ ਨਹੀਂ ਨਾ ਦਿੰਦਾ ਉਹਨਾਂ ਚਿਰ ਤੱਕ ਮੈਂ ਸ਼ਹੀਦੀ ਨਹੀਂ ਪਾਉਂਗਾ ਹੌਣੀ ਕੰਮ ਉੱਠੀ ਉਹਨੇ ਆਖਿਆ ਬਾਬਾ ਦੀਪ ਸਿੰਘ ਮੈਂ ਤੇਰਾ ਨੋਖਾ ਪਰਨ ਸਿਰੇ ਨਹੀਂ ਚੜ੍ਹਨ ਦਊਂਗੀ ਉਹਨੇ ਆਖਿਆ ਬਚਨ ਹੋਣੀ ਹੈ ਸਿੰਘ ਦੇ ਉਹ ਪੂਰੇ ਤੇ ਪੱਕੇ ਓਏ ਅਸੀਂ ਫੜ ਫੜ ਜਾਮ ਲਗਾ ਦਈਏ ਸੂਈਆਂ ਦੇ ਨੱਕੇ ਓ ਸਾਨੂੰ ਅੰਮ੍ਰਿਤਸਰ ਵੱਲ ਜਾਂਦੇ ਆ ਅੱਜ ਕਿਹੜਾ ਡੱਕੇ ਨਹੀਂ ਅਸੀਂ ਖੰਡੇ 18 ਫੇਰ ਦੇ ਐਵੇਂ ਨਹੀਂ ਚੁੱਕੇ ਬਾਬਾ ਦੀਪ ਸਿੰਘ ਜੀ ਮਾਰ ਕੇ ਨਗਾਰਿਆਂ ਤੇ ਜੋ ਦੋਹਰੀਆਂ ਚੋਟਾਂ ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਕੇ ਗਗਨ ਦਵਾਨਾ ਬਾਬਿਓ ਬਾਜਿਓ ਭਰਿਓ ਨਿਸ਼ਾਨੇ ਕਾ